ਕੈਨੇਡਾ ਦੇ ਮਿਨਿਸਟਰ ਮਿਸਟਰ ਮਾਰਕ ਮਿਲਰ ਵੱਲੋਂ ਇਸ ਵੇਲੇ ਦੀ ਸਭ ਤੋਂ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ, ਜਿਹੜਾ ਕਿ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਨੂੰ ਲੈ ਕੇ ਜਿਹੜੇ ਲੋਕੀ ਉੱਥੇ ਹੈਗੇ ਨੇ, ਚਾਹੇ ਉਹ ਸਟੂਡੈਂਟ ਹੈ ਜਾਂ ਵਰਕ ਪਰਮਿਟ ਤੇ ਉੱਥੇ ਲੋਕੀ ਹੈਗੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਤੇ ਨਾ ਕਿਤੇ ਪੱਕਾ ਕਰ ਦਿੱਤਾ ਜਾ ਸਕਦਾ ਹੈ, ਯਾਨੀ ਕਿ ਪਰਮਨੈਂਟ ਰੈਜ਼ੀਡੈਂਟਸ਼ਿਪ ਦੇ ਦਿੱਤੀ ਜਾ ਸਕਦੀ ਹੈ, ਜਿਹੜਾ ਕਿ ਇੱਕ ਬਹੁਤ ਵੱਡਾ ਸਮਾਰਟ ਸੋਲਿਊਸ਼ਨ ਹੈਗਾ। ਹੁਣ ਇਹ ਸਮਾਰਟ ਸੋਲਿਊਸ਼ਨ ਕਿਸ ਚੀਜ਼ ਦਾ ਹੈਗਾ? ਸਮਾਰਟ ਸੋਲਿਊਸ਼ਨ ਉਹਨਾਂ ਨੇ ਕੱਢਿਆ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਵਾਲੇ ਲੋਕਾਂ ਵਾਸਤੇ, ਜਿਹੜਾ ਕਿ ਉੱਥੇ ਹੈਗੇ ਉਹਦੀ ਗਿਣਤੀ ਨੂੰ ਕਿੱਦਾਂ ਰਿਡਿਊਸ ਕੀਤਾ ਜਾਏ। ਸੋ ਉਹਦੇ ਵਾਸਤੇ ਉਹਨਾਂ ਨੇ ਦੋ ਸੋਲਿਊਸ਼ਨ ਦਿੱਤੇ ਨੇ, ਇੱਕ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਤੇ ਲੋਕੀ ਹੈਗੇ ਨੇ, ਚਾਹੇ ਉਹ ਸਟੂਡੈਂਟ ਹੈ ਜਾਂ ਵਰਕ ਵੀਜ਼ਾ ਤੇ ਲੋਕੀ ਹੈਗੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਰਮਨੈਂਟ ਕਰ ਦਿੱਤਾ ਜਾਏ। ਦੂਸਰਾ, ਜਿਹੜਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲੈ ਕੇ ਕੈਨੇਡਾ ਆਉਣਾ ਚਾਹੁੰਦੇ ਨੇ, ਉਸ ਗਿਣਤੀ ਨੂੰ ਰਿਡਿਊਸ ਕਰ ਦਿੱਤਾ ਜਾਏ। ਤੋ ਇਹ ਉਹ ਦੋ ਸੋਲਿਊਸ਼ਨ ਉਹਨਾਂ ਨੇ ਦਿੱਤੇ ਨੇ, ਜਿਹੜਾ ਕਿ ਇੱਕ ਬਹੁਤ ਵੱਡੀ ਗੁੱਡ ਨਿਊਜ਼ ਹੈ ਉਹ ਲੋਕਾਂ ਵਾਸਤੇ ਜਿਹੜੇ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੇ ਨੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਦੇ ਉੱਤੇ। ਸੋ ਆਉਣ ਵਾਲੇ ਸਮੇਂ ਵਿੱਚ ਉਹ ਲੋਕ ਫੈਡਰਲ ਗਵਰਨਮੈਂਟ ਵੱਲੋਂ ਇਸ ਚੀਜ਼ ਦਾ ਕੋਈ ਨਾ ਕੋਈ ਸੋਲਿਊਸ਼ਨ ਉਹਨਾਂ ਨੂੰ ਜ਼ਰੂਰ ਦੇ ਦਿੱਤਾ ਜਾਏਗਾ, ਜਿਹਦੇ ਕਰਕੇ ਉਹਨਾਂ ਨੂੰ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਟਸ਼ਿਪ ਮਿਲ ਸਕਦੀ ਹੈ। ਸੋ ਇਹ ਬਹੁਤ ਵੱਡਾ ਸਮਾਰਟ ਮੂਵ ਕੀਤਾ ਗਿਆ ਹੈ ਮਿਸਟਰ ਮਾਰਕ ਮਿਲਰ ਵੱਲੋਂ। ਥੈਂਕ ਯੂ।